ਧੀ ਨੂੰ ਜਵਾਨ ਕੀਤਾ ਹੈ ਤਾਂ ਇਸ ਨੂੰ ਆਪਾਂ ਦਿਲੋਂ ਤਹਿ ਦਿਲੋਂ ਇਸ ਨੂੰ ਜਿੰਦ ਜਾਨ ਲਾ ਕੇ ਆਪਾਂ ਕੰਮ ਜਾਂ ਕਰ ਕਿਉਂਕਿ ਆਟਾ ਦਾਲ ਦੇਣ ਵਾਲੀਆਂ ਪਾਰਟੀਆਂ ਤਾਂ ਆਪਾਂ ਬਹੁਤ ਟਾਈਮ ਆਟਾ ਦਾਲ ਖਾ ਲਿਆ ਤੇ ਹੁਣ ਆਪਾਂ ਇਹ ਆਟਾ ਦਾਲ ਨੂੰ ਭੁੱਲ ਜਾਈਏ ਹੁਣ ਆਪਾਂ ਆਪਣੀ ਕਾਮਯਾਬੀ ਦੇ ਰਾਹ ਤੇ ਆਈਏ ਕਿਉਂਕਿ ਇਸ ਸੰਘਰਸ਼ ਲੜਨਾ ਆਪਾਂ ਨੂੰ ਬਹੁਤ ਪੈਣਾ ਪਹਿਲਾਂ ਵੀ ਆਪਾਂ ਬਹੁਤ ਸੰਘਰਸ਼ ਲੜਦੇ ਰਹੇ ਹਾਂ ਜਿੰਨਾ ਟਾਈਮ ਆਪਾਂ ਆਪਣੇ ਹੱਕਾਂ ਦੀ ਪਹਿਚਾਣ ਨਹੀਂ ਕਰਦੇ ਉਹਨਾਂ ਟਾਈਮ ਆਪਾਂ ਨੂੰ ਇਸ ਤਰ੍ਹਾਂ ਹੀ ਇਸ ਜ਼ੁਲਮ ਦਾ ਮੁਕਾਬਲਾ ਕਰਨਾ ਪਊਗਾ ਸਾਹਮਣਾ ਕਰਨਾ ਪਊਗਾ ਜਿਵੇਂ ਆਪਣੇ ਸਾਹਿਬ ਕਾਸ਼ੀਰਾਮ ਇਹਨੇ ਕਿਹਾ ਸੀ ਕਿ ਸਭ ਤੋਂ ਪਹਿਲਾਂ ਆਪਾਂ ਆਪਣੇ ਘਰ ਨੂੰ ਮਜ਼ਬੂਤ ਕਰੀਏ ਘਰ ਤੋਂ ਬਾਅਦ ਆਪਾਂ ਆਪਣੇ ਆਂਢ ਗੁਆਂਢ ਨੂੰ ਮਜ਼ਬੂਤ ਕਰੀਏ ਪਿੰਡ ਨੂੰ ਮਜ਼ਬੂਤ ਕਰੀਏ ਫਿਰ ਆਪਾਂ ਆਪਣੇ ਮਲਾਕ ਹਲਕਾਂ ਨੂੰ ਮਜ਼ਬੂਤ ਕਰੀਏ ਤਾਂ ਕਿ ਆਪਾਂ ਆਪਣੀ ਲਹਿਰ ਅੱਗੇ ਕਾਮਯਾਬ ਕਰ ਸਕੀਏ ਆਪਾਂ ਜਿਵੇਂ ਮੈਂ ਪਹਿਲਾਂ ਵੀਰ ਬੋਲ ਕੇ ਗਏ ਆ ਚੰਦਰ ਸ਼ੇਖਰ ਯਾਦ ਵੀਰ ਦੀ ਸੋਚ ਨੂੰ ਪੜ੍ਹੇ ਲਿਖੇ ਦੇਖ ਸਕਦੇ ਆ ਯੂਟਿਊਬ ਤੇ ਦੇਖ ਸਕਦੇ ਆ ਫੇਸਬੁੱਕ ਤੇ ਦੇਖ ਸਕਦੇ ਆ ਕਿਉਂਕਿ ਜਿਹੜੇ ਬਜ਼ੁਰਗ ਆ ਸਾਡੇ ਜਿੰਨਾ ਟਾਈਮ ਇਸ ਵੀਰ ਨੂੰ ਸੁਣਨਗੇ ਨੀ ਉਹਨਾਂ ਟਾਈਮ ਉਹਨਾਂ ਦੀ ਸੋਚ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਵੀ ਦੱਬੀ ਪਈ ਹੋਈ ਹੈ ਜਿੰਨਾ ਟਾਈਮ ਮੈਂ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਇਹ ਮੇਰੀ ਗੱਲ ਨੂੰ ਜਿਹੜਾ ਸਪੈਸ਼ਲ ਨੋਟ ਕੀਤਾ ਜਾਵੇ ਮੈਂ ਤਲਵੰਡੀ ਸਾਹਿਬ ਦਮਦਮਾ ਸਾਹਿਬ ਤੋਂ ਬਿਲੋਂਗ ਕਰਦੀ ਹਾਂ ਕਿ ਸਾਡੇ ਤਲਵੰਡੀ ਸਾਹਿਬ ਦਮਦਮਾ ਸਾਹਿਬ ਦੇ ਵਿੱਚ ਇੱਕ ਵਾਰ ਵੀਰ ਜੀ ਜ਼ਰੂਰ ਆ ਕੇ ਜਾਣ ਅਤੇ ਆਪਣੀ ਵਿਚਾਰਧਾਰਾ ਰੱਖਣ ਪਹਿਲਾਂ ਵੀ ਮੇਰਾ ਪ੍ਰੋਗਰਾਮ ਸੀ ਕਿ ਵਿਸਾਖੀ ਤੇ ਵੀਰ ਜੀ ਦਾ ਜਿਹੜਾ ਪ੍ਰੋਗਰਾਮ ਰੱਖਿਆ ਜਾਵੇ ਕਿਉਂਕਿ ਦੂਰ ਦੂਰ ਤੋਂ ਦੁਨੀਆਂ ਉੱਥੇ ਆਉਂਦੀ ਆ ਤਾਂ ਕਿ ਵੀਰ ਜੀ ਦਾ ਪ੍ਰੋਗਰਾਮ ਸੁਣ ਕੇ ਤੇ ਉਹਨਾਂ ਦੀ ਜਿਹੜੀ ਵਿਚਾਰਧਾਰਾ ਤੇ ਚੱਲਣ ਮੈਂ ਅੱਜ ਤੱਕ ਅਲੱਗ ਅਲੱਗ ਪਿੰਡਾਂ ਦੇ ਵਿੱਚ ਵਰਕ ਕੀਤਾ ਕਿਉਂਕਿ ਮੈਂ ਸੋਸ਼ਲ ਵਰਕ ਦੇ ਵਿੱਚ ਬਹੁਤ ਇੰਟਰਸਟ ਰੱਖਦੀ ਹਾਂ ਮੈਨੂੰ ਦਿਲ ਨੂੰ ਸਕੂਨ ਮਿਲਦਾ ਸੋਸ਼ਲ ਵਰਕਰ ਵਰਕ ਕਰਕੇ ਅੱਜ ਤੱਕ ਜੋ ਵੀ ਕੰਮ ਆ ਮੈਂ ਕਰਦੀ ਰਹਿੰਦੀ ਹਾਂ ਤੇ ਅੱਜ ਤੱਕ ਅਲੱਗ ਅਲੱਗ ਪਿੰਡਾਂ ਦੇ ਵਿੱਚੋਂ ਸਾਬਕਾ ਮੈਂਬਰ ਸਰਪੰਚ ਮੇਰੇ ਨਾਲ ਜੁੜੇ ਹੋਏ ਆ ਘੱਟੋ ਘੱਟ 10 ਮੈਂ ਉਹਨਾਂ ਨੂੰ ਜੋੜਿਆ ਹੋਇਆ ਤਾਂ ਕਿ ਆਪਾਂ ਅੱਗੇ ਲਹਿਰ ਆਪਣੀ ਜਿਹੜੀ ਚਲਾ ਸਕੀਏ ਤੇ ਚੇਰਫੜੀ ਕਰ ਸਕੀਏ ਜਿਹਦੇ ਨਾਲ ਆਪਾਂ ਆਪਣੀ ਕਾਮਯਾਬੀ ਪਾ ਸਕੀਏ ਕਿਉਂ ਮੈਂ ਆਪਣੇ ਹਲਕੇ ਨੂੰ ਹਰ ਕੋਈ ਆਪਣੇ ਹਲਕੇ ਨੂੰ ਜਿਹੜੇ ਵੀ ਵੀਰ ਇੱਥੇ ਬੈਠੇ ਆ ਆਪਣੇ ਹਲਕੇ ਨੂੰ ਇੰਨਾ ਸਟਰੋਂਗ ਕਰੋ ਇੰਨਾ ਸਟਰੋਂਗ ਕਰੋ ਕਿ ਜਿਹੜੀਆਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣ ਕਿ ਸਾਡੇ ਕੋਈ ਸਮਾਜ ਦਾ ਸਾਡੇ ਕੋਈ ਆਪ ਦਾ ਕੋਈ ਇੱਥੇ ਕੋਈ ਵੀ ਮੈਂਬਰ ਸਰਪੰਚ ਜਾਂ ਕੋਈ MLA ਜਿੱਤਿਆ ਸੀ ਤੇ ਖੜਾ ਹੋਇਆ ਸੀ ਉਹਦੀ ਸੋਚ ਦੇ ਨਾਲ ਚੱਲਣ ਕਿਉਂਕਿ ਆਪਣੇ ਇਸ ਸਮਾਜ ਨੂੰ ਬਹੁਤ ਜ਼ਿਆਦਾ ਮਿਹਨਤ ਦੀ ਲੋੜ ਆ ਤੇ ਆਪਾਂ ਨੂੰ ਮਿਹਨਤ ਕਰਨੀ ਪੈਣੀ ਆ ਆਪਾਂ ਨੂੰ ਸੋਚ ਸਾਹਿਬ ਕਾਸ਼ੀਰਾਮ ਬਾਬਾ ਅੰਬੇਦਕਰ ਜੀ ਦੀ ਸੋਚ ਤੇ ਚੱਲਣਾ ਪੈਣਾ ਉਹਨਾਂ ਨੂੰ ਪੜ੍ਹਨਾ ਪੈਣਾ ਸਮਝਣਾ ਪੈਣਾ ਜਿੰਨਾ ਟਾਈਮ ਆਪਾਂ ਪੜ੍ਹਦੇ ਨਹੀਂ ਸਮਝਦੇ ਨਹੀਂ ਸੋਚਦੇ ਨਹੀਂ ਉਹਨਾਂ ਟਾਈਮ ਆਪਾਂ ਨੂੰ ਐਸੀ ਤਰ੍ਹਾਂ ਸਾਹਮਣਾ ਕਰਨਾ ਪਊਗਾ ਜਿਵੇਂ ਹੁਣ ਪਿਛਲੇ ਪੋਸਟ ਪਾਈ ਸੀ ਕਿਸੇ ਵੀਰ ਨੇ ਕਹਿੰਦੇ ਜਿਹੜਾ ਵੀਰ ਜੀ ਦੀ ਫੋਟੋ ਲੱਗੀ ਹੋਈ ਸੀ ਚੰਦਰ ਸ਼ੇਖਰ ਯਾਦ ਦੀ ਕਹਿੰਦੇ ਇਹ ਤੇ ਲਿਖਿਆ ਹੋਇਆ ਸੀ ਕਹਿੰਦੇ ਚੋਰ ਆ ਜਿਵੇਂ ਕਿ ਆਪਣੇ ਬਾਬਾ ਨਾਨਕ ਜੀ ਨੇ ਵੀ ਕਿਹਾ ਸੀ ਕਹਿੰਦੇ ਜਿਹੜਾ ਬੰਦਾ ਚੋਰ ਹੁੰਦਾ ਉਹਨੂੰ ਚੋਰ ਹੀ ਦਿਖਦੇ ਹੁੰਦੇ ਆ ਸਾਰੇ ਤੇ ਜਿਹੜਾ ਬੰਦਾ ਸਾਫ਼ ਸੁਥਰਾ ਹੁੰਦਾ ਉਹਨੂੰ ਸਾਰੇ ਆਪਦੇ ਵਰਗੇ ਦਿਖਦੇ ਹੁੰਦੇ ਆ।